हेलो फ्रेंड्स, अज दा साडी चर्चा दा विषय है IVF प्रोसीजर। IVF प्रोसीजर की है ए असी अज इस वीडियो दे माध्यम दे द्वारा समझांगे। IVF प्रोसीजर एक ऐतन दी टेक्निक है जिस नू आम भाषा विच टेस्ट ट्यूब बेबी भी कहा जांदा है, जिस विच असी बॉडी विच एग तैयार करते हैं। इन्हां एग्स नू निकाल के इन्हां दे एम्ब्रियो कल्चर करके एम्ब्रियो बना के ਤੇ ਬਾਡੀ ਵਿੱਚ ਵਾਪਸ ਯੂਟਰਸ ਵਿੱਚ ਟ੍ਰਾਂਸਫਰ ਕਰ ਦਿੰਦੇ। ਇਸ ਦਾ ਪਹਿਲਾ ਹਿੱਸਾ ਹੁੰਦਾ ਹੈ ਬਾਡੀ ਵਿੱਚ ਐਗ ਤਿਆਰ ਕਰਨਾ, ਜਿਸ ਨੂੰ ਅਸੀਂ ਸਟਿਮੂਲੇਸ਼ਨ ਕਹਿੰਦੇ ਹਾਂ। ਇਹ ਸਟਿਮੂਲੇਸ਼ਨ ਦਾ ਟਾਈਮ 10 ਤੋਂ 12 ਦਿਨ ਦਾ ਹੁੰਦਾ ਹੈ, ਜਿਸ ਵਿੱਚ ਟੀਕੇ ਲਗਾ ਕੇ ਐਗ ਤਿਆਰ ਕੀਤੇ ਜਾਂਦੇ ਹਨ। ਇਹ ਟੀਕੇ ਦੋ ਤਰ੍ਹਾਂ ਦੇ ਹੁੰਦੇ ਹਨ, ਯੂਰੀਨਰੀ ਜਾਂ ਰੀਕੋਂਬੀਨੈਂਟ। ਯੂਰੀਨਰੀ ਟੀਕੇ ਚੂਲੇ ਵਿੱਚ ਲੱਗਦੇ ਹਨ, ਰੀਕੋਂਬੀਨੈਂਟ ਟੀਕੇ ਪੇਟ ਵਿੱਚ ਲੱਗਦੇ ਹਨ। ਦੋਨਾਂ ਵਿੱਚ ਥੋੜ੍ਹਾ ਕੋਸਟ ਦਾ ਫਰਕ ਹੈ। ਰੀਕੋਂਬੀਨੈਂਟ ਥੋੜ੍ਹੇ ਵਧੀਆ ਕੁਆਲਿਟੀ ਦੇ ਟੀਕੇ ਨੇ ਅਤੇ ਯੂਰੀਨਰੀ ਟੀਕੇ ਥੋੜ੍ਹੇ ਜਿਹੇ ਮਾਈਲਡਲੀ ਥੋੜ੍ਹੇ ਘੱਟ ਕੁਆਲਿਟੀ ਦੇ ਟੀਕੇ। ਉਸ ਤੋਂ ਬਾਅਦ ਦੂਸਰੇ ਟੀਕੇ ਬਾਅਦ ਵਿੱਚ ਦਿੱਤੇ ਜਾਂਦੇ ਹਨ, ਜਿਨ੍ਹਾਂ ਨਾਲ ਬਾਡੀ ਵਿੱਚ ਐੱਗ ਫੁੱਟ ਨਾ ਜਾਣ ਇਸ ਨੂੰ ਰੋਕਣ ਲਈ ਦਿੱਤੇ ਜਾਂਦੇ ਹਨ, ਜਿਸ ਨੂੰ ਅਸੀਂ ਐਂਟਾਗੋਨਿਸਟ ਕਹਿੰਦੇ ਹਾਂ। ਇਹ ਪ੍ਰੋਟੋਕੋਲ ਸਭ ਤੋਂ ਪੇਸ਼ੈਂਟ ਫਰੈਂਡਲੀ ਪ੍ਰੋਟੋਕੋਲ ਹੈ। 10 ਤੋਂ 12 ਦਿਨ ਦੇ ਅੰਦਰ ਅੰਦਰ ਇਹ ਕੰਪਲੀਟ ਹੋ ਜਾਂਦਾ ਹੈ। ਕਈ ਲੋਕਾਂ ਦਾ 7-8-9 ਦਿਨਾਂ 'ਚ ਵੀ ਕੰਪਲੀਟ ਹੋ ਜਾਂਦਾ ਹੈ। ਇਸ ਵਿੱਚ ਪੇਸ਼ੈਂਟ ਨੂੰ ਦਾਖਲ ਨਹੀਂ ਰਹਿਣਾ ਪੈਂਦਾ, ਟੀਕੇ ਲੈ ਕੇ ਆਪਣੇ ਘਰ ਜਾ ਸਕਦੇ ਨੇ। ਸਿਰਫ ਕਲੀਨਿਕ ਵਿੱਚ ਆਉਣਾ ਹੈ, ਸਕੈਨ ਹੋਣੇ ਨੇ ਅਤੇ ਟੀਕੇ ਲੈ ਕੇ ਵਾਪਸ ਚਲੇ ਜਾਣਾ। ਟੀਕਿਆਂ ਦੇ ਨਾਲ ਟੀਕਿਆਂ ਨੂੰ ਸੰਭਾਲਣ ਦੀ ਇੰਸਟਰਕਸ਼ਨ ਵੀ ਦਿੱਤੀ ਜਾਂਦੀ ਹੈ, ਜੋ ਇੱਕ ਬਹੁਤ ਜ਼ਰੂਰੀ ਚੀਜ਼ ਹੈ। ਇਹ ਟੀਕੇ ਕੋਲਡ ਚੇਨ ਦੇ ਵਿੱਚ ਹੀ ਰਹਿਣ ਤਾਂ ਹੀ ਇਹਨਾਂ ਦੀ ਪੋਟੈਂਸੀ ਰਹਿੰਦੀ ਹੈ। ਇਹਨਾਂ ਨੂੰ ਫਰਿੱਜ ਵਿੱਚ, ਜਿੱਥੇ ਅਸੀਂ ਬ੍ਰੈਡ ਰੱਖਦੇ ਹਾਂ ਉੱਥੇ ਰੱਖਣਾ ਹੁੰਦਾ ਹੈ, ਫ੍ਰੀਜ਼ਰ ਵਿੱਚ ਨਹੀਂ ਰੱਖਣਾ ਹੁੰਦਾ। ਜਿਹੜੇ ਐਂਟਾਗੋਨਿਸਟ ਦੇ ਟੀਕੇ ਨੇ ਉਹ ਟਾਈਮ ਟੂ ਟਾਈਮ ਲਗਾਏ ਜਾਂਦੇ ਨੇ, ਕਿਉਂਕਿ ਉਹ ਬਾਡੀ ਵਿੱਚ ਐੱਗ ਫੁੱਟਣ ਨੂੰ ਰੋਕਣ ਲਈ ਲਗਾਏ ਜਾਂਦੇ ਨੇ ਅਤੇ ਉਹਨਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਹ 24 ਘੰਟੇ ਦੇ ਅੰਦਰ ਅੰਦਰ ਲੱਗ ਜਾਣ, ਨਹੀਂ ਤਾਂ ਬਾਡੀ ਵਿੱਚ ਐੱਗ ਫੁੱਟਣ ਦਾ ਡਰ ਰਹਿੰਦਾ ਹੈ। ਇਸ ਤੋਂ ਬਾਅਦ ਜਦੋਂ ਐੱਗ ਤਿਆਰ ਹੋ ਜਾਂਦੇ ਹਨ, ਫਿਰ ਅਸੀਂ ਇੱਕ ਟੈਸਟ ਕਰਵਾਉਂਦੇ ਹਾਂ, ਜਿਹਨੂੰ E2 ਅਤੇ P4 ਟੈਸਟ ਕਿਹਾ ਜਾਂਦਾ ਹੈ। E2 ਯਾਨੀ ਕਿ ਬਾਡੀ ਵਿੱਚ ਈਸਟ੍ਰੋਜਨ ਦੀ ਮਾਤਰਾ ਮਾਪਣਾ, P4 ਯਾਨੀ ਕਿ ਪ੍ਰੋਜੈਸਟਰੋਨ, ਜਿਹਦੇ ਵਿੱਚ ਅਸੀਂ ਬਾਡੀ ਵਿੱਚ ਪ੍ਰੋਜੈਸਟਰੋਨ ਲੈਵਲ ਦੀ ਮਾਤਰਾ ਦੇਖਦੇ ਹਾਂ। ਡਾਕਟਰੀ ਭਾਸ਼ਾ ਦੇ ਹਿਸਾਬ ਨਾਲ ਈਸਟ੍ਰੋਜਨ ਜੇ ਬਹੁਤ ਜ਼ਿਆਦਾ ਹੋਵੇ ਤਾਂ ਐਮਬਰੀਓ ਵਾਪਸ ਨਹੀਂ ਪਾਉਣੇ ਚਾਹੀਦੇ, ਜਿਹਦੇ ਨਾਲ OHSS ਦਾ ਡਰ ਰਹਿੰਦਾ ਹੈ, ਅਤੇ ਪ੍ਰੋਜੈਸਟਰੋਨ ਦੀ ਵੀ ਕੁਛ ਮਾਤਰਾ ਤੋਂ ਬਾਅਦ ਯੂਟਰਸ ਦੀ ਲਾਈਨਿੰਗ ਸਹੀ ਨਹੀਂ ਰਹਿੰਦੀ। ਇਹ ਦੋਨੋਂ ਟੈਸਟ ਕਰਵਾਉਣ ਤੋਂ ਬਾਅਦ ਰਾਤ ਨੂੰ ਇੱਕ ਟੀਕਾ ਦਿੱਤਾ ਜਾਂਦਾ ਹੈ, ਜਿਸ ਨੂੰ ਅਸੀਂ ਟ੍ਰਿਗਰ ਕਹਿੰਦੇ ਹਾਂ। ਇਹ ਟ੍ਰਿਗਰ ਦੋ ਤਰ੍ਹਾਂ ਦੇ ਹੋ ਸਕਦੇ ਹਨ, HCG ਟ੍ਰਿਗਰ ਜਾਂ ਏਗੋਨਿਸਟ ਟ੍ਰਿਗਰ। ਜਿਹੜੇ ਪੇਸ਼ੈਂਟ ਦੇ ਅਸੀਂ ਐਮਬਰੀਓ ਫ੍ਰੀਜ਼ ਕਰਕੇ ਰੱਖਣੇ ਹਨ, ਇਸੇ ਸਾਈਕਲ ਵਿੱਚ ਟ੍ਰਾਂਸਫਰ ਨਹੀਂ ਕਰਨੇ ਹਨ, ਉਹਨਾਂ ਨੂੰ ਅਸੀਂ ਏਗੋਨਿਸਟ ਟ੍ਰਿਗਰ ਦਿੰਦੇ ਹਾਂ। ਜਿਹੜੇ ਪੇਸ਼ੈਂਟ ਦੇ ਅਸੀਂ ਐਮਬਰੀਓ ਇਸੇ ਸਾਈਕਲ ਵਿੱਚ ਵਾਪਸ ਰੱਖ ਦੇਣੇ ਹਨ, ਉਹਨਾਂ ਨੂੰ HCG ਟ੍ਰਿਗਰ ਦਿੱਤਾ ਜਾਂਦਾ ਹੈ। ਇਹ ਫਾਈਨਲ ਟੀਕੇ ਦੇ ਟਾਈਮਿੰਗ ਪਿਕਅਪ ਦੇ ਟਾਈਮਿੰਗ ਨਾਲ ਮੈਚ ਕੀਤੇ ਜਾਂਦੇ ਹਨ, ਯਾਨੀ ਕਿ 34 ਤੋਂ ਲੈ ਕੇ 36 ਘੰਟੇ ਦਾ ਫਰਕ ਹੁੰਦਾ ਹੈ। ਰਾਤ ਨੂੰ ਟ੍ਰਿਗਰ ਦਾ ਇੰਜੈਕਸ਼ਨ ਲਗਾਉਣ ਤੋਂ ਬਾਅਦ ਇੱਕ ਦਿਨ ਛੱਡ ਕੇ ਅਗਲੇ ਦਿਨ ਪਿਕਅਪ ਦਾ ਪ੍ਰੋਸੀਜਰ ਹੁੰਦਾ ਹੈ। ਇਹ ਹੀ ਇੱਕ ਇਸ ਤਰ੍ਹਾਂ ਦਾ ਪ੍ਰੋਸੀਜਰ ਹੈ ਜਿਸ ਵਿੱਚ ਪੇਸ਼ੈਂਟ ਨੂੰ ਹੋਸਪਿਟਲ ਵਿੱਚ ਦਾਖਲ ਕੀਤਾ ਜਾਂਦਾ ਹੈ। ਇਹ ਇੱਕ ਮਾਈਨਰ ਪ੍ਰੋਸੀਜਰ ਹੈ, ਇਹਦੇ ਵਿੱਚ ਸ਼ੋਰਟ GA ਦਿੱਤਾ ਜਾਂਦਾ ਹੈ, ਗਲੇ ਵਿੱਚ ਟਿਊਬ ਨਹੀਂ ਪੈਂਦੀ। ਸ਼ੋਰਟ GA ਯਾਨੀ ਜਿਹੜੀ ਆਪਾਂ ਕੈਨੂਲਾ ਲਗਾਉਂਦੇ ਹਾਂ ਉਸ ਤੋਂ ਡਰੱਗ ਦਿੱਤੀ ਜਾਂਦੀ ਹੈ, ਜਿਸ ਨਾਲ ਪੇਸ਼ੈਂਟ ਬਹੁਤ ਹੀ ਸ਼ੋਰਟ ਡਿਊਰੇਸ਼ਨ ਲਈ ਬੇਹੋਸ਼ ਹੋ ਜਾਂਦਾ ਹੈ। ਇਸੇ ਕਰਕੇ ਇਹ ਪ੍ਰੋਸੀਜਰ ਪੇਨਲੈਸ ਹੁੰਦਾ ਹੈ। ਅੰਡੇ ਨਿਕਾਲਣ ਦਾ ਪ੍ਰੋਸੀਜਰ ਅਲਟਰਾਸਾਊਂਡ ਗਾਈਡੈਂਸ ਦੇ ਦੁਆਰਾ ਕੀਤਾ ਜਾਂਦਾ ਹੈ, ਇਸੇ ਕਰਕੇ ਇਹ ਬਹੁਤ ਸੇਫ ਪ੍ਰੋਸੀਜਰ ਹੈ। ਜੇ ਇਸ ਵਿੱਚ ਕੋਈ ਦਿੱਕਤ ਹੁੰਦੀ ਹੈ ਤਾਂ ਇਹ ਡਾਕਟਰ ਤੁਹਾਨੂੰ ਪਹਿਲੇ ਹੀ ਸਕੈਨਿੰਗ ਦੇ ਟਾਈਮ 'ਤੇ ਦੱਸਦੇ ਹਨ, ਜਿਸ ਤਰ੍ਹਾਂ ਕਿ ਕੋਈ ਪੇਸ਼ੈਂਟ ਦੀ ਓਵਰੀ ਐਕਸੈਸੀਬਲ ਨਹੀਂ ਹੈ ਜਾਂ ਫਿਰ ਥੋੜ੍ਹੀ ਮੁਸ਼ਕਿਲ ਨਾਲ ਐਕਸੈਸੀਬਲ ਹੈ, ਤਾਂ ਪੇਸ਼ੈਂਟ ਦੀ ਬਾਡੀ ਦੇ ਔਰਗਨਸ 'ਤੇ ਕੋਈ ਰਿਸਕ ਨਹੀਂ ਲਿੱਤਾ ਜਾਂਦਾ, ਜਾਂ ਤਾਂ ਉਹਨੂੰ ਬਹੁਤ ਹੀ ਸੇਫਲੀ ਨਿਕਾਲ ਲਿਆ ਜਾਂਦਾ ਹੈ। ਜੇ ਨਾ ਨਿਕਲ ਪਾਉਣ ਤਾਂ ਅਸੀਂ ਕਈ ਵਾਰੀ ਉਹਨਾਂ ਨੂੰ ਦੂਰ ਦੇ ਐਗਸ ਨੂੰ ਛੱਡ ਵੀ ਦਿੰਦੇ ਹਾਂ, ਪਰ ਇਹ ਪੇਸ਼ੈਂਟ ਲਈ ਬਹੁਤ ਹੀ ਜ਼ਿਆਦਾ ਸੇਫ ਪ੍ਰੋਸੀਜਰ ਹੈ। ਉਸ ਤੋਂ ਬਾਅਦ ਐਮਬਰੀਓਜ਼ ਨੂੰ ਲੈਬ ਵਿੱਚ ਕਲਚਰ ਕਰਨ ਲਈ ਰੱਖ ਦਿੱਤਾ ਜਾਂਦਾ ਹੈ, ਯਾਨੀ ਕਿ ਐੱਗ ਦੇ ਵਿੱਚ ਸਪਰਮ ਨੂੰ ਪਾ ਕੇ ਇਕਸੀ ਕੀਤਾ ਜਾਂਦਾ ਹੈ,
ਫਿਰ ਐਮਬਰੀਓਜ਼ ਨੂੰ 3 ਤੋਂ ਲੈ ਕੇ 5 ਦਿਨ ਤੱਕ ਲੈਬ ਵਿੱਚ ਕਲਚਰ ਕੀਤਾ ਜਾਂਦਾ ਹੈ। 5 ਦਿਨ ਦਾ ਮਤਲਬ ਹੈ ਬਲਾਸਟੋਸਿਸਟ ਐਮਬਰੀਓ, ਜਿਹੜਾ ਵਾਪਸ ਬੋਡੀ ਵਿੱਚ ਪਾਇਆ ਜਾਂਦਾ ਹੈ। ਜੇ ਐਮਬਰੀਓ ਦਾ ਨੰਬਰ ਘੱਟ ਹੋਵੇ ਤਾਂ ਤੀਸਰੇ ਜਾਂ ਦੂਸਰੇ ਦਿਨ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਬਲਾਸਟੋਸਿਸਟ ਬਣਾਉਣ ਨਾਲ ਪ੍ਰੈਗਨੈਂਸੀ ਦੇ ਚਾਂਸ ਵੱਧ ਜਾਂਦੇ ਹਨ, ਕਿਉਂਕਿ ਜਿਹੜਾ ਐਮਬਰੀਓ 5 ਦਿਨ ਤੱਕ ਬਾਹਰ ਸਰਵਾਈਵ ਕਰ ਰਿਹਾ ਹੈ ਉਸਦੇ ਪੇਸ਼ੈਂਟ ਨੂੰ ਪ੍ਰੈਗਨੈਂਸੀ ਕਰਨ ਦੇ ਚਾਂਸ ਵੱਧ ਜਾਂਦੇ ਹਨ। 3 ਤੋਂ 5 ਦਿਨ ਤੋਂ ਬਾਅਦ ਪੇਸ਼ੈਂਟ ਨੂੰ ਦੁਬਾਰਾ ਐਮਬਰੀਓ ਟ੍ਰਾਂਸਫਰ ਦੇ ਪ੍ਰੋਸੀਜਰ ਲਈ ਬੁਲਾਇਆ ਜਾਂਦਾ ਹੈ। ਐਮਬਰੀਓ ਟ੍ਰਾਂਸਫਰ ਦੇ ਵਿੱਚ ਪੇਸ਼ੈਂਟ ਨੂੰ ਬੇਹੋਸ਼ ਕਰਨ ਦੀ ਲੋੜ ਨਹੀਂ ਹੁੰਦੀ। ਜੇ ਕੋਈ ਸਪੈਸ਼ਲ ਸਰਕਮਸਟਾਂਸਿਸ ਵਿੱਚ ਲੋੜ ਹੁੰਦੀ ਹੈ ਤਾਂ ਪਹਿਲੇ ਹੀ ਦੱਸ ਦਿੱਤਾ ਜਾਂਦਾ ਹੈ। ਐਮਬਰੀਓ ਟ੍ਰਾਂਸਫਰ ਦਾ ਪ੍ਰੋਸੀਜਰ ਅਲਟਰਾਸਾਊਂਡ ਗਾਈਡੈਂਸ ਵਿੱਚ ਹੁੰਦਾ ਹੈ, ਜਿਸ ਵਿੱਚ ਬਲੈਡਰ ਨੂੰ ਫੁੱਲ ਕਰਨ ਦੀ ਲੋੜ ਹੁੰਦੀ ਹੈ। ਇਹ ਵੀ ਅਲਟਰਾਸਾਊਂਡ ਗਾਈਡੈਂਸ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ, ਜਿਸ ਵਿੱਚ ਦੱਸ ਵੀ ਦਿੱਤਾ ਜਾਂਦਾ ਹੈ ਕਿ ਇਹ ਪ੍ਰੋਸੀਜਰ ਵਧੀਆ ਹੋ ਗਿਆ, ਜਿਹਨੂੰ ਪੇਸ਼ੈਂਟ ਆਪ ਦੇਖ ਸਕਦਾ ਹੈ ਕਿਉਂਕਿ ਇਸ ਵਿੱਚ ਪੇਸ਼ੈਂਟ ਬੇਹੋਸ਼ ਨਹੀਂ ਹੁੰਦਾ। ਇਸ ਤੋਂ ਬਾਅਦ 15 ਦਿਨ ਦੀ ਦਵਾਈ ਦੇ ਕੇ ਪੇਸ਼ੈਂਟ ਨੂੰ ਘਰ ਭੇਜ ਦਿੱਤਾ ਜਾਂਦਾ ਹੈ। ਇਸ ਵਿੱਚ ਕੁਝ ਖਾਸ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਹਨ ਅਤੇ 15 ਦਿਨ ਬਾਅਦ ਰਿਜ਼ਲਟ ਆ ਜਾਂਦਾ ਹੈ। ਰਿਜ਼ਲਟ ਬੀਟਾ HCG ਵੈਲਿਊ ਨਾਲ ਪਤਾ ਲੱਗਦਾ ਹੈ ਔਰ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਪੇਸ਼ੈਂਟ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। IVF ਪ੍ਰੋਸੀਜਰ ਦਾ ਸਕਸੈਸ ਰੇਟ 100% ਨਹੀਂ ਹੁੰਦਾ, ਪਰ ਇਹ ਗੱਲ ਜ਼ਰੂਰ ਹੈ ਜੇ IVF ਹੋ ਰਿਹਾ ਹੈ ਤਾਂ ਇਸ ਵਿੱਚ ਦੋ ਹੀ ਚੀਜ਼ਾਂ ਹਨ, ਜਾਂ ਤਾਂ ਰਿਜ਼ਲਟ ਆ ਜਾਂਦਾ ਹੈ ਜਾਂ ਫਿਰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਰਿਜ਼ਲਟ ਪੋਜ਼ਿਟਿਵ ਕਿਉਂ ਨਹੀਂ ਆਇਆ। ਕੋਈ ਨਾ ਕੋਈ ਰਿਜ਼ਲਟ ਨਾ ਆਉਣ ਦੇ ਪਿੱਛੇ ਕਾਰਨ ਹੁੰਦਾ ਹੈ, ਜਿਸ ਕਾਰਨ ਨੂੰ ਅਸੀਂ ਅੱਗੇ ਚੈੱਕ ਕਰ ਸਕਦੇ ਹਾਂ ਕਿ ਇਹਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ। ਧੰਨਵਾਦ।